ਨਾਜ਼ਰੀਨ ਅੱਜ ਲਾਹੌਰ ਤੇ ਸਿਆਲਕੋਟ ਦੇ ਦਰਮਿਆਨ ਮੈਚ ਹੈ ਤੇ ਅੱਜ ਦੇ ਮੈਚ ਦਾ ਹੁਣ ਹੋਏਗਾ ਟਾਸ ਤੇ ਟਾਸ ਕਰਾਉਣਗੇ ਹਾਜੀ ਇਲਿਆਸ ਸਿੱਟਾਂ ਭਾਈ ਸਾਹਿਬ ਜ਼ਰਾ ਦੇਖਿਓ ਉਹ ਵੇਖ ਲੈਣਾ ਨੱਕ ਤੇ ਨਾ ਮਾਰਦੀ ਮੈਂ ਕਿਹਾ ਮੁੰਡਾ ਜਿੱਤ ਗਿਆ ਨਾਜ਼ਰੀਨ ਅੱਜ ਦੇ ਮੈਚ ਦਾ ਪਟਾਸ ਉਹ ਟਾਸ ਜਿੱਤ ਗਏ ਨੇ ਇਮਰਾਨ ਨਜ਼ੀਰ ਤੇ ਇਮਰਾਨ ਨਜ਼ੀਰ ਕੀ ਖਿਆਲ ਹੈ ਤੁਹਾਡਾ ਕਿ ਤੁਸੀਂ ਅੱਜ ਦਾ ਮੈਚ ਕੈਸਾ ਖੇਡੋਗੇ ਕੁਝ ਪੱਕਾ ਨਹੀਂ ਪਤਾ ਫੇਰ ਵੀ ਘਰੋਂ ਤੇ ਅਸੀਂ ਖੇਡਣ ਹੀ ਆਏ ਹਾਂ ਅੱਗੋਂ ਹੁਣ ਪਤਾ ਨਹੀਂ ਕੀ ਬਣੇ ਕੁਝ ਬਣੇ ਨਾ ਬਣੇ ਸਕੋਰ ਬਣੇ ਸ਼ਾਇਦ ਬਣ ਜਾਏ ਬਹੁਤ ਸ਼ੁਕਰੀਆ ਇਮਰਾਨ ਨਜ਼ੀਰ ਤੁਹਾਡਾ ਤੁਹਾਡੇ ਖਿਆਲ ਸੁਣ ਕੇ ਸਾਡਾ ਦਿਲ ਕਰਦਾ ਕਿ ਤੁਸੀਂ ਇੰਟਰਨੈਸ਼ਨਲ ਟੀਮ ਚ ਖੇਡੋ ਸ਼ੁਕਰੀਆ ਜੀ ਨਾਜ਼ਰੀਨ ਮੁਹੰਮਦ ਯੂਸਫ ਜਿਹੜੇ ਕਿ ਦੂਸਰੀ ਟੀਮ ਵੱਲੋਂ ਕਪਤਾਨੀ ਕਰ ਰਹੇ ਨੇ ਯੂਸਫ ਭਾਈ ਨੈਕਸਟ ਆਪਣੇ ਆਪ ਨੂੰ ਕਿੱਥੇ ਦੇਖਦੇ ਜੀ ਅਕਸਰ ਜੀ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖ ਲੈਣਾ ਜਾਂ ਟੀਵੀ ਵਿੱਚ ਮੈਚ ਆਪਣੇ ਆਪ ਨੂੰ ਵੇਖ ਲਈਦਾ ਜਾਂ ਪਿੰਡ ਗਿਆ ਹੋਈਏ ਤੇ ਖੜੇ ਪਾਣੀ 'ਚ ਵੇਖ ਲਈਦਾ ਮਾਸ਼ਾਅੱਲਾ ਤੁਸੀਂ ਤੇ ਬਹੁਤ ਸਮਝਦਾਰ ਹੋ ਤੁਸੀਂ ਟੀਮ ਵਿੱਚ ਵੀ ਬਹੁਤ ਅੱਛੀ ਕਾਰਗਰਦਗੀ ਕਰ ਰਹੇ ਹੋ ਸਾਡੀ ਦੁਆ ਵਾ ਕਿ ਜਾਂ ਸਾਰੀ ਟੀਮ ਤੁਹਾਡੇ ਵਰਗੀ ਹੋਈ ਵੇ ਜਾਂ ਤੁਹਾਨੂੰ ਵੀ ਆਪਣੇ ਵਰਗਾ ਕਰ ਲਵੇ ਹੋ ਜਾਓ ਨਾਜ਼ਰੀਨ ਤੁਸੀਂ ਮੁਹੰਮਦ ਯੂਸਫ ਦੀਆਂ ਗੱਲਾਂ ਸੁਣੀਆਂ ਗੱਲਾਂ ਤੇ ਮੈਂ ਵੀ ਇਹਨਾਂ ਦੇ ਬਾਰੇ 'ਚ ਬੜੀਆਂ ਸੁਣੀਆਂ ਗੱਲ ਤੇ ਉਹੀ ਹੈ ਕਿ ਹਮ ਹੈ ਪਾਕਿਸਤਾਨੀ ਹਮ ਤੋ ਜੀਤੇਂਗੇ ਸਕੋਰ ਥੋੜਾ ਮਿਲੇ ਤੇ